नमस्कार दोस्तों, रुपेश बांसल आरबीआई मीडिया में आपका स्वागत कर रहा हूँ। खबर तरन तारण से आ रही है। यहाँ पर के गांव नुशहरा पुडुआ में बरसात का पानी जमा है। पिछले 3 दिनों से हो रही बरसात के कारण यहाँ पर 3-3 फुट तक पानी भर गया है। देखिए किस प्रकार से लोग पानी में से गुजरने के लिए जद्दोजहद कर रहे हैं। इतना ही नहीं, पानी में से सांप तैरते साफ नजर आ रहे हैं, जिससे लोगों में यहाँ पर दहशत का माहौल है। पानी की निकासी को लेकर 2 गांवों के लोग आमने सामने हैं। एक गांव पानी की निकासी चाहता है तो दूसरा गांव इस पानी को अपनी तरफ लेने से साफ इनकार कर रहा है, जिसके चलते यहां पर विवाद चल रहा है। यहां पर डिप्टी कमिश्नर तथा विधायक द्वारा दौरा भी किया जा चुका है, लेकिन स्थिति जो कि तो बनी हुई है। डिप्टी कमिश्नर ने आज यहां पर पहुंचकर पानी की निकासी संबंधी अधिकारियों को फोन पर निर्देश भी दिए। किस प्रकार से यहां पर यह मामला सामने आया है, हमारे संवाददाता सागरदीप अरोड़ा की यह रिपोर्ट आपको दिखा रहा हूं। बने रहे हमारे साथ, देखते रहे हमारा चैनल। हमारे चैनल को सब्सक्राइब करना न भूले। जी कोई 20-25 घर का राह वा, 20-25 घर बचा मगरा ते अहीं दे जो जो मैं पानी लेंदे नूं जांदा वेख्या वा। ते हुण कोह बंदे आ गाड़ी, एक हनती सिंह साबा वा, एक लखवीर सिंह लखा वा, इन्होंने गाड़ियों पुली बंद करती आ। ते साडी आवाजाही बिल्कुल ठप हो गई। साडा कोई मरीज मंजे दे पैजे दे अहीं पिंडों दवाई नहीं लै के आ सकते। साडे कोई घटो घट कल 4-4 फुट पानी, आन जान साडा 3 दिन हो गए अहीं घरों नहीं निकले, बाहर हुण आए आ। पुली सरकारी आ जी, सार ने बनाई आ पुली। इन्हां बंद जी धक्केशाही कीता, इह कांग्रेस सरकार दे बंदे आ जी, इन्हां ने धक्केशाही साडा बिल्कुल ज्यादा धक्केशाही कीती। साडा जा के अंदर वेलो तूड़ी दे विच वी 2-2, 2.5-2.5 फुट ਡੰਗਰ ਵਾਲੇ ਅੰਦਰ ਪਾਣੀ ਤੁਰਿਆ ਫਿਰਨ ਡਿਆ। ਸਾਡਾ ਪਾਣੀ ਫਿਰ ਜੇ ਪੁਲੀ ਖੁੱਲਦੀ ਹੈ ਤੇ ਸਾਡਾ ਪਾਣੀ ਇਹਨੂੰ ਜਾਂਦਾ ਜਦੋਂ ਅੱਗੇ ਜਾਂਦਾ ਸੀ। ਮੇਰਾ ਨਾਮ ਸਿਮਰਨਪ੍ਰੀਤ ਕੌਰ ਹੈ ਸਰ, ਸਾਡਾ ਵੀ ਨੁਸ਼ਹਿਰਾ ਬਣੂਆ। ਹਾਂਜੀ ਸਰ, ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਹ ਜਿਹੜੀ ਇਹਨਾਂ ਨੇ ਸਰਕਾਰੀ ਪੁਲੀ ਬੰਦ ਕੀਤੀ ਹੋਈ ਹੈ, ਇਹਨੂੰ ਖੋਲਣਾ ਚਾਹੀਦਾ। ਬਿਕੋਜ਼ ਸਾਡਾ ਪਾਣੀ ਵੇਖਿਆ ਜਾਵੇ ਤਾਂ ਸਾਡੇ ਘਰਾਂ ਦੇ ਵਿੱਚ 25-30 ਘਰ ਆ, ਤੇ ਉਹਨਾਂ ਦੇ ਵਿੱਚ ਰਹਾਇਸ਼ੀ ਲੋਕ ਘੱਟੋ ਘੱਟ 100 ਜਣਿਆਂ ਦੀ ਰਹਾਇਸ਼ੀ ਆ। ਠੀਕ ਹੈ ਜੀ, ਇਹਨਾਂ ਦੇ ਪੁਲੀ ਬੰਦਰਾਂ ਦੇ ਨਾਲ ਜੀ ਸਾਡਾ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਸਾਡੇ ਘਰਾਂ 'ਚ 2-2 ਫੁੱਟ ਪਾਣੀ ਖੜਿਆ ਹੋਇਆ। ਬੁਟੀਕ ਤੇ ਜਾਣਾ ਹੁੰਦਾ, ਮੇਰਾ ਬੁਟੀਕ ਤੇ ਜਾਣ ਆਉਣਾ ਬੰਦ ਹੋਇਆ ਪਿਆ ਪਰਸੋਂ ਦਾ। ਠੀਕ ਹੈ ਜੀ, ਦੂਸਰੀ ਗੱਲ ਇਹ ਕਿ ਜੇ ਸਾਡਾ ਕੋਈ ਪੇਸ਼ੈਂਟ ਹੁੰਦਾ, ਮਰੀਜ਼ ਕੋਈ ਬਿਮਾਰ ਹੋ ਜਾਂਦਾ, ਅਸੀਂ ਉਹਨੂੰ ਬਾਹਰ ਨਹੀਂ ਲੈ ਕੇ ਆ ਸਕਦੇ। ਪੁਲੀ ਪਹਿਲਾਂ ਜੀ ਚੱਲਦੀ ਸੀ, 2 ਮਹੀਨੇ ਪਹਿਲਾਂ ਇੱਥੋਂ ਇੱਕ ਲਖਵੀਰ ਸਿੰਘ ਲੱਖੇ ਦੇ ਨਾਂ ਨੇ ਬੰਦੇ ਨੇ ਇੱਥੇ ਪਲਾਟ ਲਿੱਤਾ ਹੋਇਆ। ਠੀਕ ਹੈ ਜੀ, ਉਹਨੇ ਤਾਂ ਕਿਹਾ ਹੀ ਦੇ ਨਾਲ ਪੁਲੀ ਬੰਦ ਕੀਤੀ ਹੋਈ। ਮੰਗ ਕਰਦੇ ਆ ਕਿ ਸਾਡੀ ਪੁਲੀ ਖੋਲਣੀ ਚਾਹੀਦੀ ਹੈ ਤਾਂ ਕਿ ਪਾਣੀ ਦਾ ਨਿਕਾਸ ਹੋ ਸਕੇ। ਰਣਧੀਰ ਸਿੰਘ ਜੀ, ਕੁੜੀਆਂ ਸਰ ਉਧਰਲੇ ਪਾਸੇ ਸਾਹੀ ਜਗ੍ਹਾ ਮੁੱਲ ਲਈ ਆ ਮਾਤਾ ਕੁਲਵੰਤ ਕੌਰ ਕੋਲੋਂ, ਮੈਂ ਤੇ ਲਖਵੀਰ ਸਿੰਘ ਨੇ। ਉਧਰ ਪਾਣੀ ਦੀ ਮਾਰ ਜਾਂਦੀ ਸੀ, ਅਸੀਂ ਆਪਣਾ ਥਾਂ ਕਵਰ ਕੀਤਾ, ਪਾਣੀ ਦੀ ਨਿਕਾਸੀ ਕੀਤੀ ਅਸੀਂ, ਪਰ ਗਾੜੀ ਬਸਤੀ ਆ ਮਜ਼ਬੀ ਸਿੱਖਾਂ ਦੀ ਉਹ ਸਾਰੀ ਡੁੱਬਣ ਡਈ ਆ। ਉਹਦੇ ਵਿੱਚ ਘੱਟੋ ਘੱਟ ਨਹੀਂ ਤੇ 10 ਘਰ ਜਿਹੜੇ ਡੁੱਬ ਗਏ ਨੇ, ਡਿੱਗੀ ਛੱਤਾਂ, ਉਹਨਾਂ ਨੇ ਪਾਣੀ ਕੱਲ੍ਹ ਤਾਂ ਬੰਦ ਕੀਤਾ। ਇਹ ਲੋਕ ਅੰਡ ਲਾਗੇ ਬੰਨੇ ਵਾਲੇ ਜਿਹੜੇ ਨਜਾਇਜ਼ ਸਾਡੇ ਤੇ ਇਲਜ਼ਾਮ ਲਾ ਰਹੇ ਆ, ਜਦਕਿ ਜਿਹੜਾ ਪਾਣੀ ਆ ਇਹਦਾ ਨਾਲ ਨਾਲ ਜਾਣਾ ਚਾਹੀਦਾ ਸੀ। ਇਹ ਪਾਣੀ ਕੱਢਣ ਡਿਆ ਬਸਤੀ ਵੱਲ ਨੂੰ, ਉਹ ਮਜ਼ਬੀ ਸਿੱਖਾਂ ਦੇ ਘਰ ਜਿਹੜੇ ਆ ਸਾਰੇ ਡੁੱਬ ਪਏ ਆ। ਕੋਈ ਪ੍ਰਸ਼ਾਸਨ ਦੇ ਬੰਦੇ ਨੇ ਆ ਕੇ ਨਹੀਂ ਵੇਖਿਆ ਉਹਨਾਂ ਦਾ ਹਾਲ ਕੀ ਆ। ਇੱਥੇ ਸਾਡੇ ਤੇ ਇਲਜ਼ਾਮ ਜ਼ਰੂਰ ਲਾਈ ਜਾਂਦੇ ਆ। ਪਾਣੀ ਉਧਰ ਜਾ ਰਿਹਾ, ਦੂਜਾ ਰਸਤੇ ਚ ਅੱਗੇ ਕਿੰਨੀਆਂ ਪੁਲੀਆਂ ਹੈਗੀਆਂ ਤੇਰੀਆਂ ਇਸ ਤੋਂ ਅੱਗੇ?